ਅਸਲਾਮੁਆਲੇਕਮ ਅੱਜ ਵਾਰੀ ਆ ਜੀ ਕਟਿਆ ਦੀ 1 ਕਿਲੋ ਦਹੀਂ ਤੇ ਇਹਦੇ ਵਿੱਚ ਅੱਧਾ ਕਿਲੋ ਸਰੋਂ ਦਾ ਤੇਲ ਇਹ ਮਿਕਸ ਹੋਇਆ ਪਿਆ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਅਗਲੀ ਵਾਰੀ ਇਨਸ਼ਾਅੱਲਾ ਤੁਹਾਡੇ ਸਾਹਮਣੇ ਮਿਕਸ ਕਰਾਂਗੇ ਤੇ ਇਹਨਾਂ ਨੂੰ ਐਵੇਂ ਨਾਲ ਦੇ ਵਿੱਚ ਪਾਗਣਾ ਬੱਚਿਆਂ ਨੂੰ ਦੇਣਾ ਜਿਹੜੇ ਕੋਈ ਦੁੱਧ ਦਾ ਦੀ ਕਮੀ ਬੇਸ਼ੀ ਹੋ ਜਾਂਦੀ ਹੈ ਉਹ ਇਹਦੇ ਨਾਲ ਪੂਰੀ ਰਹਿੰਦੀ ਹੈ ਬੱਚਾ ਅੰਦਰੋਂ ਠੰਡਾ ਰਹਿੰਦਾ ਤੇ ਮੁxtਲਫ ਕਿਸਮ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਕੋਈ ਜਾਨ ਹੈ ਜ ਰਹਿੰਦਾ ਸਿਹਤਮੰਦ ਰਹਿੰਦਾ ਇਹ ਹਫਤੇ ਦੇ ਵਿੱਚ ਦੋ ਵਾਰੀ ਦਈਦਾ ਤੇ ਇਹਦੇ ਨਾਲ ਬੱਚੇ ਤੰਦਰੁਸਤ ਰਹਿੰਦੇ ਨੇ ਸਿਹਤਮੰਦ ਰਹਿੰਦੇ ਨੇ ਉਹ ਜਿਵੇਂ ਰੁਗੜ ਮੁਗੜ ਜੇ ਹੋ ਜਾਂਦੇ ਨਾ ਉਹ ਰੁਗੜ ਮੁਗੜ ਜੇ ਨਹੀਂ ਹੁੰਦੇ ਕੋਈ ਸਹੀ ਸਹੀ ਜਾਣੇ ਚ ਰਹਿੰਦੇ ਢਿੱਡੜ ਨਹੀਂ ਹੁੰਦੇ ਤੇ ਇਹ ਲਾਜ਼ਮੀ ਦੇਣਾ ਚਾਹੀਦਾ ਹੈ ਮੱਝ ਦਾ ਬੱਚਾ ਚਾਹੇ ਗਾਂ ਦਾ ਬੱਚਾ ਇਹ ਵੱਡਾ ਭਾਈ ਆ ਜੀ ਜਿਹੜੇ ਡੰਗਰ ਖੜਾ ਲੇ ਲੋਗ ਰਹੇ ਉਹ ਸਮਝਣਗੇ ਇਹ ਸਾਡਾ ਚੌਧਰੀ ਹੈ ਉਹ ਯਾਨੀ ਜਿਹੜਾ ਕੋਈ ਡੰਗਰਾ ਡੁੰਗਰਾ ਵਾਲਾ ਜਿਹੜਾ ਸਿਸਟਮ ਹੈ ਨਾ ਇਹ ਚੋਰੀ ਸਾਹਿਬ ਆਪ ਹੀ ਕਰਦੇ ਆ ਜੀ ਸਾਰਾ ਸਿਸਟਮ ਅਸੀਂ ਤੇ ਆ ਕੇ ਬਸ مشورے ਦੇ ਹੀ ਦੇਵੇਂ ਤੇ ਇਹ ਹੈ ਨੈਕਸਟ ਸਾਨ ਮਰਵਤ ਹੈ ਜੀ ਮਰਵਤ ਨਾਇਰ ਨੈਕਸਟ ਸਾਨ ਹੈ ਇਹਦੀ ماں ਸਾਡੇ ਕੋ ਰੂਟੀਨ ਚ 15 16 ਕਿਲੋ ਦੇ ਰਹੀ ਹੈ ਗਵਾਲ ਦੀ ਰੂਟੀਨ 18 ਕਿਲੋ ਤੱਕ ਚਲੀ ਜਾਂਦੀ ਹੈ ਤੇ ਇਸ ਤਰ੍ਹਾਂ ਜੀ ਇਹ ਬਿਲਾਂਗੇ ਫਿਰ ਇਨਸ਼ਾਅੱਲਾ ਹੁਣ ਅਗਲੀ